ਉਹਨਾਂ ਦੀ ਕਰਜ਼ਾ ਮਾਫੀ ਜਾਂ ਉਹਨਾਂ ਨੂੰ ਕੋਈ ਕਿਸੇ ਨਾ ਕਿਸਮ ਦੇ ਲਾਭ ਦੇਣ ਦੀਆਂ ਕੋਸ਼ਿਸ਼ਾਂ ਕਰਦੀਆਂ ਰਹਿੰਦੀਆਂ। ਪਰ ਆਮ ਜਨਤਾ ਦੀ ਜਦੋਂ ਗੱਲ ਆਉਂਦੀ ਹੈ, ਆਮ ਲੋਕਾਂ ਦੀ ਗੱਲ ਆਉਂਦੀ ਹੈ, ਤਾਂ ਸਰਕਾਰਾਂ ਜਿਹੜੀਆਂ ਨੇ ਉਹ ਮੂੰਹ ਫੇਰ ਜਾਂਦੀਆਂ ਸੀ। ਪਰ ਕਿਉਂਕਿ ਆਮ ਆਦਮੀ ਪਾਰਟੀ, ਇਹਦਾ ਨਾਮ ਹੀ ਆਮ ਆਦਮੀ ਪਾਰਟੀ ਹੈ, ਤਾਂ ਆਮ ਆਦਮੀ ਪਾਰਟੀ ਜਿਹੜੀ ਹੈ ਉਹ ਆਮ ਲੋਕਾਂ ਬਾਰੇ ਸੋਚਦੀ ਹੈ ਕਿ ਆਮ ਲੋਕਾਂ ਨੂੰ ਕਿਹੜੀਆਂ ਕਿਹੜੀਆਂ ਦਿੱਕਤਾਂ ਆਉਂਦੀਆਂ ਨੇ, ਕਿਸ ਕਿਸਮ ਦੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ, ਉਹਦੇ ਵਾਸਤੇ ਕੋਈ ਕਾਨੂੰਨ ਬਣਾਉਣਾ ਹੈ, ਭਾਵੇਂ ਦਿੱਲੀ ਹੋਵੇ ਅਤੇ ਪੰਜਾਬ, ਦੋ ਰਾਜਾਂ ਦੇ ਵਿੱਚ ਸਾਡੀ ਸਰਕਾਰ ਹੈ, ਤਾਂ ਅਸੀਂ ਆਮ ਲੋਕਾਂ ਦੇ ਹਿੱਤ 'ਚ ਜਿਹੜੇ ਨੇ ਕਾਨੂੰਨ ਬਣਾਉਣੇ ਆ, ਭਾਵੇਂ ਵਿਧਾਨ ਸਭਾ ਦਾ ਸੈਸ਼ਨ ਬੁਲਾ ਕੇ ਉੱਥੇ ਪਾਸ ਕਰਨਾ ਹੋਵੇ, ਭਾਵੇਂ ਕੈਬਨਿਟ 'ਚ ਪਾਸ ਕਰਨਾ ਹੋਵੇ, ਦਿੱਲੀ ਦੇ ਵਿੱਚ ਵੀ ਅਤੇ ਪੰਜਾਬ ਦੇ ਵਿੱਚ। ਅੱਜ ਇਸ ਵੀਡੀਓ ਰਾਹੀਂ ਮੈਂ ਇੱਕ ਬਹੁਤ ਵੱਡੀ ਖੁਸ਼ਖਬਰੀ ਪੰਜਾਬੀਆਂ ਨੂੰ ਦੇਣੀ ਚਾਹੁੰਦਾ ਕਿ ਇੱਕ NOC ਦੀ ਸ਼ਰਤ ਸੀ, ਬੜੀ ਦਿੱਕਤ ਸੀ ਕਿ NOC ਲੈਣੀ ਪੈਂਦੀ ਸੀ ਰਜਿਸਟਰੀ ਕਰਾਉਣ ਵੇਲੇ। ਬਹੁਤ ਸਾਰੇ ਲੋਕਾਂ ਨੇ ਆਪਣੀ ਜ਼ਿੰਦਗੀ ਦੀ ਕਮਾਈ ਜਿਹੜੀ ਹੈ, ਚਾਹੇ ਉਹ ਮੁਲਾਜ਼ਮ ਸੀ, ਚਾਹੇ ਉਹ ਕੋਈ ਕਿਸਾਨ ਸੀ, ਚਾਹੇ ਉਹ ਕੋਈ ਕਿਸੇ ਵੀ ਕਿੱਤੇ ਨਾਲ ਸੰਬੰਧਿਤ ਸੀ, ਕਿ ਇਹ ਸੁਪਨਾ ਲੈ ਕੇ ਕਿ ਆਪਾਂ ਸ਼ਹਿਰ 'ਚ ਕਰ ਪਾਵਾਂਗੇ ਜਾਂ ਕੋਈ ਕਲੋਨੀ ਕੱਟੀ ਜਾ ਰਹੀ ਹੈ ਉੱਥੇ ਆਪਾਂ ਪਲਾਟ ਲੈ ਲੈਂਦੇ ਹਾਂ, ਬਾਅਦ 'ਚ ਘਰ ਪਾ ਲਾਂਗੇ, ਇੱਕ ਸੇਫਟੀ ਬਣ ਜੂਗੀ, ਕੱਲ੍ਹ ਨੂੰ ਬੱਚੇ ਦੀ ਫੀਸ ਭਰਨੀ ਹੈ, ਕੋਈ ਲੋਨ ਲੈਣਾ ਹੈ ਜਾਂ ਕੁਛ, ਇੱਦਾਂ ਦੇ ਸੁਪਨੇ ਸੰਜੋ ਕੇ ਉਹਨਾਂ ਨੇ ਘਰ ਵੀ ਲਏ ਕਲੋਨੀਆਂ 'ਚ, ਪਲਾਟ ਵੀ ਲਏ। ਬਾਅਦ 'ਚ ਪਤਾ ਲੱਗਿਆ ਉਹ ਤਾਂ ਕਲੋਨੀ ਇਲੀਗਲ ਸੀ, ਉਹ ਤਾਂ ਕਲੋਨੀ ਮਨਜ਼ੂਰ ਸ਼ੁਦਾ ਨਹੀਂ ਸੀ, ਨਾ ਉੱਥੇ ਬਿਜਲੀ ਦੀ ਸਹੂਲਤ, ਨਾ ਪਾਣੀ ਦੀ, ਸੀਵਰੇਜ ਦੀ, ਅਤੇ ਨਾ ਹੀ ਰਜਿਸਟਰੀ ਉਹਨਾਂ ਦੇ ਨਾਮ, ਨਾ ਹੀ ਉਹ ਕਿਸ ਉਸ ਪਲਾਟ ਜਾਂ ਕੋਠੀ 'ਤੇ ਕੋਈ ਕਰਜ਼ਾ ਲੈ ਸਕਦੇ, ਕੋਈ ਲੋਨ ਵਗੈਰਾ, ਕੋਈ ਪੜ੍ਹਾਈ ਵਾਸਤੇ ਜਾਂ ਕਿਸੇ ਵੀ ਆਪਣੇ ਕਬੀਲਦਾਰੀ ਦੇ ਕੰਮ ਵਾਸਤੇ। ਤਾਂ ਬੜੀ ਦਿੱਕਤ ਸੀ, ਬੜੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਅਸੀਂ 5000 ਤੋਂ 7000 ਪਿੰਡ ਪਹਿਲਾਂ ਇਹਦੇ ਵਿੱਚੋਂ ਕੱਢੇ, ਪਰ ਬਾਅਦ 'ਚ ਜਿਹੜੇ ਸ਼ਹਿਰਾਂ ਦੇ ਨਾਲ ਲੱਗਦੇ ਪਿੰਡ ਹੈ ਜਿੱਥੇ ਕਲੋਨੀਆਂ ਆਮ ਤੌਰ 'ਤੇ ਕੱਟੀਆਂ ਜਾਂਦੀਆਂ, ਉਹਨਾਂ ਦੀ ਦਿੱਕਤ ਆ ਗਈ। ਤਾਂ ਅਸੀਂ ਕੈਬਨਿਟ ਦੇ ਵਿੱਚ ਇਹਨੂੰ ਲੈ ਕੇ ਆਏ, ਕੈਬਨਿਟ ਦੀ ਮਨਜ਼ੂਰੀ ਤੋਂ ਬਾਅਦ ਜੋ ਲੀਗਲ ਪ੍ਰੋਸੈਸ ਹੈ ਅਸੀਂ ਵਿਧਾਨ ਸਭਾ 'ਚ ਲੈ ਕੇ ਆਏ। 3 ਸਤੰਬਰ ਨੂੰ ਇਹ ਬਿੱਲ ਪੇਸ਼ ਕੀਤਾ ਸੀ, ਮੈਂ ਉਦੋਂ ਵੀ ਬੋਲਦਿਆਂ ਇਹੀ ਕਿਹਾ ਸੀਗਾ ਕਿ ਲੋਕਾਂ ਦੀ ਜ਼ਿੰਦਗੀ ਦੀ ਕਮਾਈ ਇਹ 'ਚ ਲੱਗੀ ਹੋਈ ਹੈ, ਜਿਹੜੇ ਕਲੋਨੀ ਕੱਟ ਕੇ ਚਲੇ ਗਏ ਉਹਨਾਂ ਨੂੰ ਕਿੱਥੋਂ ਤੁਸੀਂ ਉਹਨਾਂ ਨੂੰ ਪਿੱਛਾ ਕਰ ਲਓਗੇ, ਕਿਉਂਕਿ ਉਹ ਕਹਿੰਦੇ ਸਰਕਾਰ ਨੇ ਮਨਜ਼ੂਰ ਨਹੀਂ ਕੀਤੀ, ਤੁਸੀਂ ਉਹਨਾਂ ਨਾਲ ਗੱਲ ਕਰੋ। ਸੋ ਅਸੀਂ ਇੱਕ ਐਕਟ ਲੈ ਕੇ ਆਏ ਸੀ, ਇਹਨੂੰ ਪਹਿਲਾਂ ਪਾਪਰਾ ਐਕਟ ਕਹਿੰਦੇ ਸੀ, ਉਹਦੇ 'ਚ ਸੋਧ ਲੈ ਕੇ ਆਏ ਸੀਗੇ, ਤੋ ਜਿਹਦੇ ਵਿੱਚ ਬੜੀ ਡਿਟੇਲ ਦੇ ਵਿੱਚ ਇਹ ਗੱਲ ਕੀਤੀ ਹੋਈ ਸੀ ਕਿ 19 ਤਰੀਕ ਤੱਕ ਜਿੰਨਿਆਂ ਦੀਆਂ ਰਜਿਸਟਰੀਆਂ ਜਾਂ ਜਿਨ੍ਹਾਂ ਦੇ ਬਿਆਨੇ ਨੇ ਉਹ ਆਪਣਾ ਕਲੀਅਰ ਕਰ ਲੈਣ, ਤਾਂ ਉਹਨਾਂ ਦਾ ਜਿਹੜਾ ਪਲਾਟ ਹੈ ਜਾਂ ਉਹਨਾਂ ਦਾ ਜਿਹੜਾ ਘਰ ਹੈ ਉਹ ਅਸੀਂ ਲੀਗਲ ਮੰਨਾਂਗੇ, ਉਹ 'ਤੇ ਉਹਨਾਂ ਦੇ ਨਾਮ ਹੋ ਜੂਗਾ, ਉਹ ਆਫੀਸ਼ੀਅਲੀ ਜਾਂ ਕਹਿ ਲਓ ਕਿ ਅਧਿਕਾਰਿਤ ਮਾਲਕ ਬਣ ਜਾਣਗੇ। ਸੋ ਅੱਜ ਇਤਿਹਾਸਿਕ ਦਿਨ ਹੈ ਕਿ ਕਿਉਂਕਿ ਵਿਧਾਨ ਸਭਾ 'ਚੋਂ ਬਿੱਲ ਪਾਸ ਹੋ ਕੇ ਮਾਨਯੋਗ ਗਵਰਨਰ ਸਾਹਿਬ ਕੋਲ ਜਾਂਦਾ, ਰਾਜਪਾਲ ਸਾਹਿਬ ਕੋਲ, ਤਾਂ ਰਾਜਪਾਲ ਸਾਹਿਬ ਨੇ ਉਸ ਬਿੱਲ 'ਤੇ ਸਾਈਨ ਕਰਕੇ ਆਪਣੀ ਮਨਜ਼ੂਰੀ ਦਿੱਤੀ ਅਤੇ ਹੁਣ ਇਹ ਕਾਨੂੰਨ ਬਣ ਗਿਆ। ਸੋ ਹੁਣ ਪੰਜਾਬ ਦੇ ਵਿੱਚ NOC ਦੇ ਮਾਮਲੇ 'ਚ ਕਿਸੇ ਨੂੰ ਕੋਈ ਦਿੱਕਤ ਨਹੀਂ ਆਊਗੀ, ਕੋਈ ਰਿਸ਼ਵਤ ਨਹੀਂ ਦੇਣੀ ਪਊਗੀ। ਸਾਨੂੰ ਇਸ ਤਰ੍ਹਾਂ ਦੀਆਂ ਵੀ ਸ਼ਿਕਾਇਤਾਂ ਆਈਆਂ ਸੀ ਕਿ ਕੁਝ ਪੈਸੇ ਲੈ ਕੇ ਬਿਨਾਂ NOC 'ਤੇ ਵੀ ਹੋ ਜਾਂਦਾ, ਪਰ ਹੁਣ ਤੁਹਾਨੂੰ ਕੋਈ ਜੇ ਅਫਸਰ ਜਾਂ ਕੋਈ ਏਜੰਟ ਜਾਂ ਕੋਈ ਇਸ ਤਰ੍ਹਾਂ ਦਾ ਕੋਈ ਬੰਦਾ ਜਿਹੜਾ ਵਿੱਚ ਵਿਚਾਲੇ ਪੈ ਕੇ ਪੈਸੇ ਮੰਗਦਾ ਕਿ NOC ਨਹੀਂ ਹੈਗੀ, ਤਾਂ ਤੁਸੀਂ ਉਹਨੂੰ ਕਹਿ ਸਕਦੇ ਹੋ ਕਿ ਹੁਣ NOC ਦਾ ਕਾਨੂੰਨ ਹੀ ਹੈ ਨਹੀਂ ਪੰਜਾਬ 'ਚ, NOC ਲੈਣ ਦੀ ਕੋਈ ਲੋੜ ਨਹੀਂ। ਹਾਂ, ਇਸ ਤੋਂ ਬਾਅਦ ਜਿਹੜੀਆਂ ਕਲੋਨੀਆਂ ਕੱਟੀਆਂ ਜਾਣਗੀਆਂ, ਕਿਰਪਾ ਕਰਕੇ ਜ਼ਰੂਰ ਵੈਰੀਫਾਈ ਕਰੋ ਆਪਣੀ ਜ਼ਿੰਦਗੀ ਦੀ ਕਮਾਈ ਲਾਉਣ ਤੋਂ ਪਹਿਲਾਂ, ਕਿਤੇ ਵੀ ਇਨਵੈਸਟ ਕਰਨ ਤੋਂ ਪਹਿਲਾਂ, ਕਿ ਕਲੋਨੀ ਮਨਜ਼ੂਰ ਸ਼ੁਦਾ ਹੈ। ਇਹਦੇ ਵਿੱਚ ਕਾਗਜ਼ ਮੰਗੋ ਤੁਸੀਂ ਜਿਹਤੋਂ, ਜਿਹੜਾ ਮਾਲਕ ਹੈ ਜਾਂ ਜਿਹੜਾ ਕੋਈ ਪ੍ਰੋਪਰਟੀ ਡੀਲਰ ਹੈ, ਤੁਹਾਨੂੰ ਕੋਈ ਪਲਾਟ ਜਾਂ ਘਰ ਦੁਆਰ ਹੈ, ਤਾਂ ਜ਼ਰੂਰ ਇਸ ਗੱਲ ਨੂੰ ਵੈਰੀਫਾਈ ਕਰੋ, ਪੜਤਾਲ ਕਰੋ ਕਿ ਇਹ ਕਲੋਨੀ ਜਿਹੜੀ ਹੈ ਕਿਤੇ ਇਲੀਗਲ ਤਾਂ ਨਹੀਂ। ਸੋ ਇਸ ਤੋਂ ਬਾਅਦ ਅਸੀਂ ਇਹ ਝੰਝਟ ਹੀ ਖਤਮ ਕਰ ਦੇਣਾ ਇਲੀਗਲ ਕਲੋਨੀਆਂ ਦਾ। ਜਦੋਂ ਹੀ ਸਰਕਾਰ ਕੋਲੋਂ ਪਰਮਿਸ਼ਨ ਮਿਲੂਗੀ ਅਸੀਂ ਤੁਹਾਨੂੰ ਨਕਸ਼ੇ ਜਾਰੀ ਕਰ ਦਿਆ ਕਰਾਂਗੇ ਕਿ ਆਹ ਕਲੋਨੀ ਬਣ ਰਹੀ ਹੈ, ਇੱਥੇ ਜਿਹਨੇ ਘਰ ਲੈਣਾ,
जिन्नी कि उहदी वित्ती उहदी सहूलत है वह उस मुताबिक लै सकदा। सो अज मैं ये दसण लई तुहाडे कोले सामने आया कि पंजाब सरकार ने जो वादा किया सी, आम आदमी पार्टी ने जो वादा किया सी कि असीं NOC जिहड़ियां वह खत्म कर देंगे तो लोगों का जिहड़ा लग्या होया जिंदगी भर की कमाई जिहड़ी है वह लगी हुई कि वेस्ट नहीं जाऊगी, व्यर्थ नहीं जाऊगी। तो बहुत सारे घर अज खुशी के दीवे बलणगे दिवाली तो पहला, बड़ा वड्डा एक दिवाली का भी तोहफा है कि NOC का कानून बन गया हुण। तो इस कानून के अंतर्गत जिन्नी भी तुसी कोई तुहाडे ते तलवार लटकदी सी सारिया जिहड़ियां कि मेरी मेरे घर का की बनूगा, मेरे पलाट का की बनूगा, सारा जिहड़ा वह बिल्कुल सेफ हो गए, सुरक्षित हो गए। तुसी और इस गल लई मैं गवर्नर साहब का भी धन्यवाद करदा ते जिन्हें अफसर साहबान जिन्होंने ये सारा कानून बनाया, क्योंकि बहुत टाइम लग गया डिस्कशन ते किवें करना है, किन्नी तरीक तक, कदों तो लैके कदों तक दियां जिहड़ियां रजिस्ट्रियां क्लीयर करनियां ने, जां बयाने होए पए ने कई हजे रजिस्ट्रियां नहीं हुई। सो सारा कुछ उहदे च डिटेल है, आने वाले दिनों तुहानूं वह वख-वख वैबसाइट ते जां तहसीलदार साहबान कोले जां DC साहबान कोले मिल जूगी। सो NOC दा जिहड़ा कानून दी लोड़ सी, बहुत ज़्यादा लोड़ सी, वो अज पास हो गया ते वह हुण लोकां दे भलाई लई एक कानून जिहड़ा वो असी पास कीता। तो सानू उम्मीद है कि आने वाले दिनों च होर भी असी लोक पक्षी काम करांगे। परमात्मा समत बख्शे, बल बख्शे और तुहाडा साथ रहना चाहिए। तो असी होर भी आने वाले दिनों च लोक भलाई दे काम, कई बार टाइम लग जाता है क्योंकि कई फॉरमैलिटीज़ होंदियां ने, कैबिनेट है, विधानसभा, गवर्नर साहब, फिर कितने बिल की नोटिफिकेशन, सब कुछ थोड़ा थोड़ा कई बार टाइम लग जाता है, पर साड़ी नीयत बिल्कुल साफ है। तो असी साफ नीयत ना काम कर रहे हैं कि पंजाब भलाई करे और किसी का भी एक पैसा भी अपने दसा ना होंगी कमाई का वो बेकार ना जाए, व्यर्थ ना जाए। बहुत बहुत धन्यवाद तुहानू सारयां नू, दिवाली दी भी बहुत बहुत बधाइयां ते नाल नाल इस कानून के लागू होने से जिन्ना लखां घरां नू फायदा होगा उन्हां नू बहुत बहुत बधाई। सत श्री अकाल।